जिस मरने ते जग डरे जिदे तो दुनिया डरदी ओ मौत बुलाइए मान वधे जो पंथ दा ओ कार कवाइए। भाई बलवंत सिंह राजोवाणा जेड़ा सिंह है ना गुरमुखो ओ भाई साहब दा जीवन वेखो जरा मैनू दो तीन सिंह मिले जेड़े जेल विच उहनां दे नाल रहे हुण उहनां ने वेखो इह गल आखी है कि मैनू 17 साल हो गए जेल विच बंद कीती 17 साल हो गए हुण उहनां नूं फांसी दी सजा दित्ती गई 31 तरीक नूं कहिंदे फांसी चाढ़ दित्ता जावे। ਇਹ ਗੱਲ ਸੁਣ ਕੇ ਜਿੰਨੇ ਸਿੱਖ ਹਿਰਦੇ ਨੇ ਉਹ ਬਦੁੰਦਰੇ ਗਏ ਭਾਵੇਂ ਗੁਰਮਖੋ ਕੋਈ ਕਿਸੇ ਵੀ ਧਰਮ ਨਾਲ ਸੰਬੰਧਿਤ ਹੋਵੇ ਇੱਥੇ ਤੁਹਾਡੇ ਚ ਹਿੰਦੂ ਭਰਾ ਬੜੇ ਬੈਠੇ ਨੇ ਸਿੱਖ ਬੜੇ ਬੈਠੇ ਨੇ ਕਿਸੇ ਧਰਮ ਨਾਲ ਕੋਈ ਬੰਦਾ ਸੰਬੰਧ ਰੱਖਦਾ ਹੋਵੇ ਜਦੋਂ ਵੀ ਕੋਈ ਧੱਕਾ ਕਿਸੇ ਨਾਲ ਵੀ ਹੁੰਦਾ ਹੈ ਉਹਦੇ ਸੰਬੰਧ ਵਿੱਚ ਆਵਾਜ਼ ਜ਼ਰੂਰ ਉਠਾਉਣੀ ਚਾਹੀਦੀ ਤੇ ਭਾਈ ਬਲਵੰਤ ਸਿੰਘ ਰਾਜੇਆਣਾ ਜਿਹੜੇ ਨੇ ਉਹ ਇੰਨੇ ਚੜ੍ਹਦੀ ਕਲਾ ਵਾਲੇ ਨੇ ਕਿ ਮੈਂ ਦੋ ਸਿੰਘਾਂ ਨੂੰ 12-13 ਸਾਲਾਂ ਤੋਂ ਜਾਣਦਾ ਉਹ ਮੇਰੇ ਕਹਿਣ ਤੇ ਮੈਂ ਕਈ ਵਾਰੀ ਉਹਨਾਂ ਨੂੰ ਮਿਲਣਾ ਮੈਂ ਕਹਿਣਾ ਦਾੜੀ ਕੇਸ ਰੱਖ ਲਓ ਉਹ ਮਨ ਬਣਾਓ ਅੰਮ੍ਰਿਤ ਛਕ ਲਓ ਉਹ ਅਜੇ ਤੱਕ ਨਹੀਂ ਸੀ ਮੰਨੇ ਤਿਆਰ ਨਹੀਂ ਹੋਏ ਛਕਾਂਗੇ ਬਾਬਾ ਜੀ ਪ੍ਰੇਮ ਕਰਨੇ ਆ ਆਉਂਦੇ ਆ ਛਕਾਂਗੇ ਉਹ ਕੋਈ ਖੇਡ ਏਦਾਂ ਦੀ ਬਣ ਗਈ ਜੇਲ੍ਹ ਜਾਣਾ ਪੈ ਗਿਆ ਸਰਦਾਰ ਬਲਵੰਤ ਸਿੰਘ ਹੋਣਾ ਦੇ ਨਾਲ ਉਹ 3 ਮਹੀਨੇ ਰਹਿ ਕੇ ਆਏ ਨੇ ਉਹ ਬਲਵੰਤ ਸਿੰਘ ਨਹੀਂ ਕਹਿੰਦੇ ਉਹ ਬਾਬਾ ਜੀ ਕਹਿੰਦੇ ਨੇ ਬਲਵੰਤ ਸਿੰਘ ਨਹੀਂ ਕਹਿੰਦੇ ਬਾਬਾ ਜੀ ਕਹਿੰਦੇ ਨੇ ਔਰ ਦੋਵਾਂ ਦਾ ਜੀਵਨ ਬਾਬਾ ਬਲਵੰਤ ਸਿੰਘ ਦੀ ਸੰਗਤ ਕਰਨ ਕਰਕੇ ਬਦਲਿਆ ਗਏ ਸੀ ਤੇ ਮਨਮੁਖ ਸੀ ਜਦੋਂ ਜੇਲ੍ਹ ਚੋਂ ਬਾਹਰ ਆਏ ਨੇ ਮੈਂ ਇਹਨਾਂ ਨੂੰ ਆਖਿਆ ਉਹ ਇੰਨੇ ਸਿੰਘ ਜੇਲ੍ਹਾਂ ਚ ਬੰਦ ਨੇ ਤੁਹਾਡਾ ਜੀਵਨ ਕਿਵੇਂ ਬਦਲ ਗਿਆ ਉਹ ਆਖਣ ਲੱਗੇ ਬਾਬਾ ਜੀ ਹੁਣ ਪੱਗ ਨਹੀਂ ਲਾਉਣੀ ਹੁਣ ਕੇਸ ਨਹੀਂ ਕਟਾਉਣੇ ਮੈਂ ਇਹਨਾਂ ਨੂੰ ਆਖਿਆ ਹੋਇਆ ਕਿ ਉਹ ਆਖਣ ਲੱਗੇ ਸਾਨੂੰ ਅੰਦਰ ਬਾਬਾ ਬਲਵੰਤ ਸਿੰਘ ਦੀ ਸੰਗਤ ਮਿਲੀ ਬਾਬਾ ਬਲਵੰਤ ਸਿੰਘ ਸਤਿਆ ਕਾਲ ਉਹ ਬਾਬਾ ਜੀ ਕਹਿੰਦੇ ਨੇ ਮੈਂ ਆਖਿਆ ਕੀ ਵੇਖਿਆ ਉਹਨਾਂ ਚ ਕੀ ਖਾਸੀਅਤ ਵੇਖੀ ਤੁਸਾਂ ਉਹ ਮੈਨੂੰ ਆਖਣ ਲੱਗੇ ਕਹਿੰਦੇ ਬਾਬਾ ਜੀ ਬੜੇ ਤਰ੍ਹਾਂ ਦੇ ਕੈਦੀ ਨੇ ਬੜੇ ਵਿਗੜੇ ਹੋਏ ਕੈਦੀ ਵੀ ਨੇ ਨਕਲੀ ਸਿੱਖ ਵੀ ਹੋਣਗੇ ਪਰ ਕਹਿੰਦੇ ਬਾਬਾ ਬਲਵੰਤ ਸਿੰਘ ਇਹੋ ਜੀ ਸ਼ਖਸੀਅਤ ਹੈ ਭਾਈ ਬਲਵੰਤ ਸਿੰਘ ਰਾਜੇਆਣਾ ਇਹੋ ਜੀ ਸ਼ਖਸੀਅਤ ਹੈ ਜਿਹੜਾ ਇੱਕ ਮਿੰਟ ਇੱਕ ਸਵਾਸ ਵੀ ਨਾਮ ਬਿਨਾਂ ਬਿਰਥਾ ਨਹੀਂ ਜਾਣ ਦਿੰਦਾ ਉਹ ਕਹਿੰਦੇ ਉਹ ਇਹੋ ਜਿਹਾ ਚੜ੍ਹਦੀ ਕਲਾ ਵਾਲਾ ਸਿੰਘ ਹੈ ਹਰ ਵੇਲੇ ਬਾਣੀ ਪੜ੍ਹਦਾ ਰਹਿੰਦਾ ਹੈ ਹਰ ਵੇਲੇ ਨਿਤਨੇਮ ਕਰਦਾ ਰਹਿੰਦਾ ਹੈ ਹਰ ਵੇਲੇ ਜੁੜਿਆ ਹੋਇਆ ਐਸੀ ਸ਼ਖਸੀਅਤ ਹੈ ਤੇ ਮੈਂ ਆ ਹੁਣ ਜਦੋਂ ਇਹ ਪਹਿਲਾਂ ਬਿਆਨ ਨਹੀਂ ਸੀ ਆਇਆ ਉਹਨਾਂ ਦਾ ਇਹ ਫਾਂਸੀ ਦੀ ਸਜ਼ਾ ਬਾਅਦ ਚ ਦਿੱਤੀ ਗਈ ਹੈ ਇਹ ਗੱਲ ਮੈਨੂੰ ਪਹਿਲਾਂ ਦੱਸੀ ਸੀ ਮੈਨੂੰ ਮੈਂ ਕਿਹਾ ਕਿੰਨਾ ਜਜ਼ਬੇ ਵਾਲਾ ਚੜ੍ਹਦੀ ਕਲਾ ਵਾਲਾ ਭਾਈ ਰਾਜੇਆਣਾ ਕੈਸੀ ਸ਼ਖਸੀਅਤ ਹੋਏਗੀ ਪਰ ਆ ਹੁਣ ਜਦੋਂ ਆ ਗੱਲ ਸਾਹਮਣੇ ਆਈ ਹੈ ਉਹਨਾਂ ਨੇ ਜਥੇਦਾਰ ਸਾਹਿਬ ਨੂੰ ਬੇਨਤੀ ਕੀਤੀ ਹੈ ਕਿ ਮੇਰੇ ਵੱਲੋਂ ਕੋਈ ਅਪੀਲ ਨਾ ਪਾਈ ਜਾਏ ਮੈਂ ਫਾਂਸੀ ਤੇ ਫਾਂਸੀ ਦਾ ਰੱਸਾ ਚੁੰਮਣਾ ਹੈ ਮੇਰੇ ਵੱਲੋਂ ਕੋਈ ਅਪੀਲ ਨਾ ਕਰੋ ਮੈਂ ਕੋਈ ਮਾਫੀ ਨਹੀਂ ਮੰਗਣੀ ਮਾਫੀ ਮੈਂ ਤਾਂ ਮੰਗਾ ਜੇ ਮੈਂ ਕੋਈ ਗਲਤੀ ਕੀਤੀ ਹੋਵੇ ਵੇਖੋ ਲੋਕ ਸੂਈ ਵੱਜਦੇ ਕਿੰਨੀ ਤਕਲੀਫ ਮੰਨਣੇ ਆਪਾਂ ਮਾੜਾ ਜਿਹਾ ਕੰਡਾ ਵੱਜਿਆ ਨਹੀਂ ਝੱਲ ਸਕਦੇ ਪਰ ਉਹ ਕਹਿੰਦੇ ਨੇ ਮੈਂ ਕੋਈ ਗਲਤੀ ਨਹੀਂ ਕੀਤੀ ਸਾਡੇ ਬਹੁਤ ਸਾਰੇ ਬੱਚਿਆਂ ਨੂੰ ਸ਼ਹੀਦ ਕਰਨ ਵਾਲੇ ਮਾਵਾਂ ਦੇ ਪਰਿਵਾਰਾਂ ਦੇ ਪਰਿਵਾਰ ਜਿਹੜੇ ਉਜੜ ਗਏ ਨੇ ਅਜੇ ਤੱਕ ਵਸੇ ਨਹੀਂ ਮਾਵਾਂ ਦੇ ਲਾਡਲੇ ਖੋਲ ਲਏ ਬੜੀਆਂ ਬੀਬੀਆਂ ਜਿਹੜੀਆਂ ਨੇ ਵਿਧਵਾ ਹੋ ਗਈਆਂ ਬੜੇ ਬੱਚੇ ਅਨਾਥ ਹੋ ਗਏ ਉਹ ਕਹਿੰਦੇ ਉਹੋ ਜਿਹਾਂ ਨੂੰ ਪਾਰ ਬੁਲਾ ਦਿੱਤਾ ਮੈਂ ਕੋਈ ਪਾਪ ਨਹੀਂ ਕੀਤਾ ਮੈਂ ਕੁਛ ਮਾੜਾ ਨਹੀਂ ਧਿਆਨ ਦਿਓ ਉਹ ਕਹਿੰਦੇ ਮੈਂ ਪਾਪ ਨਹੀਂ ਕੀਤਾ ਅਸੀਂ ਇਹ ਗੱਲਾਂ ਸਟੇਜਾਂ ਤੇ ਕਰਨੇ ਆ ਅਸੀਂ ਇਹ ਗੱਲਾਂ ਸਟੇਜਾਂ ਤੇ ਪੜ੍ਹਨੇ ਆ ਮੈਂ ਬੜੀ ਵਾਰੀ ਅਰਜ਼ ਕਰਨਾ ਸਿੰਘ ਸਿਰ ਕਟਵਾਉਣੋਂ ਨਹੀਂ ਮੁੜਦੇ ਮੁੜ ਜਾਂਦੇ ਮੂੰਹ ਤਲਵਾਰਾਂ ਦੇ ਇਹ ਸਸਤਾ ਖੂਨ ਲਟਾਉਂਦੇ ਨੇ ਪੁੱਛਦੇ ਨਹੀਂ ਭਾ ਬਜ਼ਾਰਾਂ ਦੇ ਪੱਤ ਝੜਾਂ ਚ ਰਹਿੰਦੇ ਰਹਿੰਦੇ ਵੀ ਗਾਉਂਦੇ ਨੇ ਗੀਤ ਬਹਾਰਾਂ ਦੇ ਨਿਤ ਮੌਤ ਕਸੀਦੇ ਪੜ੍ਹਦੀ ਏ ਇਹਨਾਂ ਸਿਰ ਲੱਥਿਆਂ ਸਰਦਾਰਾਂ ਦੇ ਮੈਂ ਅਰਜ਼ ਬੜੀ ਵਾਰੀ ਕੀਤੀ ਏ ਕਿ ਜਦੋਂ ਨਨਕਾਣਾ ਸਾਹਿਬ ਦਾ ਸਾਕਾ ਹੋਇਆ ਸੀ ਨਾ ਪ੍ਰਿੰਸੀਪਲ ਜੋਧ ਸਿੰਘ ਨੇ ਅਰਦਾਸ ਕੀਤੀ ਸੀ ਉਹ ਆਖਣ ਲੱਗੇ
अरदास करन तो पहला वो कहिंदे कई लोग साडे सिख धर्म ते शंके करदे ने, कई लोग शंके करदे ने ते वो कहिंदे ने कि आ गल्लां सिखां ने बंद बंद कटाए खोपर लोहाए चरखड़ियां ते चढ़ गए देगां च कढ़ गए, ये सिखां ने एवें गल्लां बनाईयां ने, एदां हो नहीं सकता। खोपरी कोई लोहा नहीं सकता, कोई चरखड़ी ते चढ़ नहीं सकता, कोई देगां च कढ़ नहीं सकता, हस हस के कोई शहीदी प्राप्त नहीं कर सकता। प्रिंसीपल जोध सिंह ने आखिया सी, वो कहन लगे अरदास मैं करन लगा पर अजे आ वेखो 125 लाशां ने, चार टोकरे मास ते भरे होए ने, खोपड़ियां आके गिण लो, अरदास अजे करन लगे आ। जेड़े बंदे दे अंदर सिख कौम उत्ते भरम है वो आके वेख लो, सिख जो कहिंदे ने वो कहिंदे ही नहीं, वो कमाउंदे भी ने। आके वेखो आ शहीद अजे संस्कार होना है शहीदां दा, ते मैं बेनती करना असी आ गल्लां स्टेजां ते बड़े चिर तो करने आ, बड़े प्रचारक करदे ने सिंह सिर कटवाउणों नहीं मुड़दे, ते मैं अज ए डायरेक्ट गल कहनी चाहुंदा प्यारिओ, भाई राजेआणा बलवंत सिंह की कुर्बानी उन्हों का जज्बा वेख लो, सारी दुनिया कहिंदे भाई साहब अपील पा लो, वह कहिंदे मैं ते 31 तरीक नूं चाह नाल उड़ीक रहा। जो कौम कहिंदी है साडी ये सिंह शहीद होए नहीं, ये अज भी हो रहे ने, अज भी नहीं डरते। कमाल की गल नहीं प्यारे, कमाल की खेड नहीं कि सारी दुनिया कहती अपील पाओ, कहते मैं अपील नहीं पानी। 31 तरीक नेड़े कोठड़ी भी नेड़े ले ली है जिथे फांसी दिती जानी, कोठड़ी भी नेड़े ली है उस जगह के नेड़े अपड़ गए है, जोर ला लिया सारिया ने, उस सब नूं इक्को ही बेनती करी जांदे ने, मेरे वास्ते अपील ना करो, मैनू मरण का चा है, मैनू खुशी है, मैं नहीं डरदा, मैं कुछ गलत नहीं किया। हरेक नूं इह मैसेज दे रहे, हरेक नूं उह इह सुनेहा दे रहे, वेखो इदां दे गुरु के सिंघां उत्ते मान है ना सानू, असी सिर उच्चा करके सारे सिख जिन्ने इत्थे बैठे हैं, भावें कोई दूसरे धर्म नाल भी संबंध रखता है, पर इह गल सारिआं वास्ते है। सिख कौम दे महान शहीदां ने हर धर्म वास्ते कुर्बानियां कीतियां ने, किसे धर्म दी इत्थे विरोधता नहीं कीती गई। बाबा दीप सिंह नूं आके दस्या, बाबा जी ऐदां धीआं भैणां नूं लैके जा रहे ने बहु बेटियां नूं बन के, बाबा दीप सिंह कहिंदे चलो सिंघो चलीए, किसे ने आख्या बाबा जी उह ते हिंदुआं दीआं बहु बेटियां ने, बाबा जी आखण लगे धीआं भैणां वक्खरियां वक्खरियां नहीं, धीआं भैणां सब दीआं सांझीआं हुंदीआं ने, धीआं भैणां सब दीआं सांझीआं ने, भावें सिखां दीआं बच्चियां होण भावें हिंदुआं दीआं बच्चियां होण, सब दीआं सांझीआं ने धीआं भैणां, ते शहीद वी सब दे सांझे हुंदे ने प्यारिओ, कुरबानी करन वाले सारिआं लई है। राजेआणा भाई राजेआणा ने आखिआ है उन्हां ते सानूं माण है, इस गल ते असीं फखर करने बड़े माण नाल, अज इह गल कहिंदे आ कि उन्होंने एडी वड्डी गल कही है, अज भी वह मौत तो नहीं डरते, उन्होंने चढ़ती कला लई कितनियां अरदासां हो रही हैं, पर गुरमुखो इस गल नाल वह भावें चाह नाल कहिंदे ने कि मैं मरन नूं तैयार हाँ, मैं 31 तरीक उड़ीक रहा, पर यह गल जिदण तो आई है बार के 31 तरीक नूं मैं बड़ी बार स्टेजां ते बेनती कीती है कि सरदार भाई बलवंत सिंह राजेआणा नूं फांसी चढ़ाया जाना है, यह गल जिदण तो सामने आई है, जिन्ने भी पंथ दर्दी लोग ने उन्हां दे हिरदे बलूंदरे गए है, विदेशां दे विच जिन्ने फेडरेशनां बणियां ने, भावें इंग्लैंड भावें अमरीका भावें कनेडा, अखंड कीर्तनी जथे दे सिंह जिथे जिथे भी गुरु दे प्यारे पंथ दर्दी बैठे आ, उन्हां दे हिरदे बलूंदरे आ, आ गल सुन के वह तड़फ रहे ने। मैनू कल परसों कल भी परसों भी अज भी कई सिंह मिले, कहिंदे बाबा जी तुहाडी सरदार बलवंत सिंह होणा नाल मुलाकात होई है, तुसीं गए हो, मैं उन्हां नूं बेनती यह की, मैं क्या गुरमुखो मेरे विच हिम्मत नहीं पैंदी उन्हां सामने जाण दी, मैं उन्हां दी अखां चखां पा के की आखां की, मैं उन्हां नाल गल करां, असी अरदासां कर रहे हैं पर मेरे विच इन्नी हिम्मत नहीं पैंदी भी उत्थे मैं फोटोआं खिचा के अखबारां च लवावां भी लो जी मैं उत्थे जा के आया, मैं उन्हां नूं मिल के आया, असल ते स्वाद फिर असी कुछ कर सकीए, वह गुरु का सिंह जा रहा है, असी उन्हूं जांदे नूं रोक सकीए, फिर साडी कोई बहादुरी वाली गल होएगी, फिर कोई स्वाद वाली गल होएगी, असी वो जाण वाला वो वेखो प्यारे गुरु का सिंह की आखी उन्हूं जाके
की गल करिए ओदे नाल। ओ ते इक्को गल अकाल तख्त दे जथेदारां नूं कहिंदा है मेरे लिए अपील ना करो, मैं जावांगा मैनूं उहने आखणा मेरे लिए अपील ना करो, कोई सिंह जाएगा हरेक लई कहिंदा मेरे लिए अपील ना करो। पर स्वाद ते फेर असी सारे जने रल के ओनू जानो रोकीए, इहो जे हीरियां दी साडी कौम नूं लोड़ है। गल्लां वाले बड़े आ मेरे वर्गे, जिन्नियां मर्जी गल्लां करा लो जज्बे दियां, बड़ियां वीर रस वालियां गल्लां असी कर सकने आ, पर एक फिर है कनेरे कर है गल्लां, असी गल्लां वाले आ सिर्फ। ओ कुर्बानी वाला सूरमा उदन मैं सच कहना, उदन असी चा नाल जावांगे जिदन ओ सानू ये पता लगेगा कि ओ साध संगत साडे विच रहणगे हमेशा। खुशी नाल जाइए, उहनां नूं मिल के आईए, किहड़े मूंह नाल मत्थे लगी वी असी कुछ नहीं कर सके तुहाडे लई, साडे तों कुछ वी नहीं होया तुहाडे लई। सारी कौम अज मूंह वेख रही है, साडे सामने गुरु का सिंह 31 तरीक नूं तख्ते फांसी चढ़ा दिता जाएगा। इन्ना मीडिया हर पासे इदां दा समां है ते असी की आखीए की वी असी कुछ नहीं कर सके, हथ ते हथ धर के बैठे बयान दे रहे हां तुहाडे लई, की आखी उन्हां सिंघां नूं जाके। ते मैं बेनती करनी चाहुंदा सारी संगत नूं, वेखो सारे सिख बैठे हो, तुहाडे च हिंदू भरा भी बैठे होणगे, 17 साल ओ सिंघ ने जेल कट लई है, 17 साल ओदी जवानी दे जेल च रुले है, 17 साल हो गए है, ओदी दाढ़ी च धौले आ गए है, ओ जदों दा अंदर जेल विच गया है ये किते थोड़ी सजा, इनू होर 5-4 साल वधा के 20 साल हो सकती सी, होर भी हो सकती सी, पर आ जेड़ा फैसला कीता है ये बड़ा मंदभागा है, ते एदू वड्डा दुखात नहीं हो सकता जे साडे हत्थां चों साडे कोलों 31 तरीक नूं ओ साडा सिंह साडे कोलों जे चलिया गया। ते मैं सारी संगत नूं ये बेनती करना, वेखो मिलण दी गल करदे ने, जाइए चाह नाल मिलण, सारे मिलिए, पर ओ साडे विच रहण, स्वाद मिलण दा तां है। ऐदां गल्लां करनियां मैनूं पसंद नहीं, मैं आप संगतां नूं बेनती करना, संगते सारिआं नूं हथ जोड़ के, ओ सिंघ ने बड़ी वड्डी कुरबानी कीती, अज ओ जेल विच है, अज वेखो हिसाब लाओ संगत जी, ये पुराणियां गल्लां नहीं, ये अज दीआं गल्लां ने। अज 20 तरीक हो गई है, 20 तरीक अज हो गई है संगते, ते सिर्फ अज 11 दिन रह गए, 11 दिन सिर्फ रह गए, ते 11 दिनां बाद 31 तरीक नूं फांसी दा हुक्म दिता गया है। ते मैं सारी संगत दे चरणां विच ये बेनती करना, सारिआं नूं हथ जोड़ के, भावें तुहाडे च कोई हिंदू भरा बैठा है, भावें कोई सिख भरा बैठा है, ओह सिंघ ने 17 साल जेल कट्टी है, स्वास स्वास ओह नाम जपदा है, स्वास स्वास ओह नाम जपदा है, कलगीधर जी दी महान अमोलक दात अमृत दी दात ओहदे कोल है, अज तुहाडे प्यार दी लोड़ है। बड़े लोग दावे करदे ने, पाठ करदे ने, मैं ते बेनती करना कोई संपट पाठ कर ले राजोआणा बच जाए, कोई किसे तरह भी कोई भी आखे किथे केड़ी चीज दी लोड़ है, अज ओह बचना चाहिए। मैं संगत दे चरणां च बेनती करांगा, बहुत वड्डी ओह सिंघ दी कुरबानी है, सारे जने ओदे लई अरदास भी करन, ओदे लई पाठ भी करन, ते ए कहण एहो जिहा बंदगी वाला असली संत ओ है, असली साधु ओ है, असली सूरमा ओ है, असली मर्द ओ है, असली गुरु का सिंह ओ है, असी खालसा ओ है प्यारिओ, एहो जे सिंह जज्बे वाले ओ साडे कौम दे हीरे ने, साडे हत्थां चों चले गए, एदू वड्डी बदकिस्मती, एदू वड्डा दुखान साडी कौम वास्ते कुछ होर हो नहीं सकदा। ते मैं संगतां सारियां नूं बेनती करना, मैं एक जयकारा लावांगा ते तुसी मेरे नाल बाहां खड़ियां करके ये सबूत देना है। वेखो इत्थे आ जो रिकॉर्डिंगां हुंदियां ने दुनिया च जांदियां ने, सारी दुनिया च, सारी दुनिया इन्हां नूं वेखदी है। मैं चाहुंदा, मैं 10 दिन रहिंदे ने, मैं हरेक स्टेज ते बोल रिहा, हर स्टेज ते मैं बोलना है, मैं बहुत अखबारां विच बयानबाजियां नहीं कीतियां, पर मैं तुहानूं सारी संगत जे अज चाहवे ते की नहीं हो सकदा, सिख कौम चाहवे ते की नहीं हो सकदा। मैं सारिआं नूं बेनती करना एक वारी, जिन्ने वीर सारिआं भैणां इह बाहां खड़ियां करके सबूत दे दिओ वी राजोआणा नूं फांसी नहीं लगनी चाहीदी, उह सिंघ साडे विच रहिणा चाहीदा। सारिआं भैणां सारे वीर एक वारी बाहां खड़ियां करिओ, बोलो सो महान श्री अकाल, कलगीधर से
सच्चे पातशाह कृपा कर देन साडियां अरदासां सुनियां जान प्यारिओ भाई बलवंत सिंह बच जान इहदे वास्ते सारे अरदास सतगुरु सच्चे पातशाह कृपा कर वेखो अकाल तख्त साहिब दा इह हुक्मनामा आया है अकाल तख्त साहिब दा इह हुक्मनामा आया है कि उत्थे मीटिंग होनी है 23 तरीक नूं जथेदारां ने कीती है मैं बेनती करना कि अकाल तख्त साहिब कोई फैसला लवे ठोस फैसला हुण जथेदार साहिबानां नूं भी मैं बेनती करना कि उहनां नूं सारिआं नूं ਇਹਦੇ ਵਿੱਚ ਇਨਵੋਲਵ ਹੋਣਾ ਚਾਹੀਦਾ ਹੈ ਹੁਣ ਅਗਵਾਈ ਕਰਨੀ ਚਾਹੀਦੀ ਹੈ ਜਥੇਦਾਰ ਸਹਿਬਾਨ ਜੋ ਫੈਸਲਾ ਸੁਣਾਉਣਗੇ ਜੋ ਅਕਾਲ ਤਖਤ ਦਾ ਹੁਕਮਨਾਮਾ ਆਏਗਾ ਕੋਈ ਮੰਨੇ ਨਾ ਮੰਨੇ ਪਰ ਅਸੀਂ ਜਿੰਨਾ ਜਥਾ ਇੱਥੇ ਬੈਠੇ ਆ ਜਿੰਨੀ ਸੰਗਤ ਵੀ ਜੋ ਅਕਾਲ ਤਖਤ ਹੁਕਮਨਾਮਾ ਕਰੇਗਾ ਇੱਥੇ ਖਲੋ ਜਾਓ ਉੱਥੇ ਹੀ ਖਲੋਵਾਂਗੇ ਇੱਥੇ ਖੜ ਜਾਓ ਇੱਥੇ ਖੜ ਜਾਾਂਗੇ ਜੇਲਾਂ ਭਰ ਦਿਓ ਜੇਲਾਂ ਭਰਾਂਗੇ ਜੋ ਕਹਿਣਗੇ ਕਰਾਂਗੇ ਪਰ ਅਕਾਲ ਤਖਤ ਦੇ ਜਥੇਦਾਰਾਂ ਨੂੰ ਸਾਡੀ ਬੇਨਤੀ ਹੈ ਅੱਜ ਸਾਰੀ ਕੌਮ ਉਹਨਾਂ ਦੇ ਹੱਥਾਂ ਵੱਲ ਵੇਖਦੀ ਹੈ ਉਹਨਾਂ ਦੇ ਫੈਸਲੇ ਵੱਲ ਵੇਖਦੀ ਹੈ ਕਿ ਸਾਡੇ ਸਿੰਘ ਸਹਿਬਾਨ ਕਿੱਦਾਂ ਦਾ ਫੈਸਲਾ ਲੈਂਦੇ ਨੇ ਉਹ ਇੱਕ ਫੈਸਲਾ ਲੈ ਲੈਣ ਕਰੜੇ ਹੋ ਕੇ ਫੈਸਲਾ ਲੈ ਲੈਣ ਪੰਜ ਸਿੰਘ ਸਹਿਬਾਨ ਜੋ ਫੈਸਲਾ ਲੈਣਗੇ ਅਸੀਂ ਸਾਰੇ ਉਹਦੇ ਤੇ ਫੁੱਲ ਚੜਾਵਾਂਗੇ ਜੋ ਮਰਜ਼ੀ ਹੋਵੇ ਸਰਦਾਰ ਬਲਵੰਤ ਸਿੰਘ ਮੈਂ ਬੇਨਤੀ ਫਿਰ ਕਰਨਾ ਉਹ ਬੜਾ ਭਜਨੀਕ ਸਿੰਘ ਹੈ ਉਹ ਸਵਾਸ ਸਵਾਸ ਨਾਮ ਜਪਣ ਵਾਲੀ ਰੂਹ ਹੈ ਉਹੀ ਦ੍ਰਿੜਤਾ ਵਾਲਾ ਬੰਦਾ ਇਹ ਗੱਲ ਕਹਿ ਸਕਦਾ ਹੈ ਕਿ ਮੈਨੂੰ ਕੋਈ ਡਰ ਨਹੀਂ ਮੌਤ ਦਾ ਉਹ ਲੋਕਾਂ ਨੂੰ ਕਹਿ ਰਿਹਾ ਮੇਰੇ ਲਈ ਅਪੀਲ ਨਾ ਕਰੋ ਮੇਰੇ ਲਈ ਰਹਿਮ ਦੀ ਭੀਖ ਨਾ ਮੰਗੋ ਪਰ ਉਹ ਕਹਿ ਰਿਹਾ ਹੈ ਇਹ ਉਹਦਾ ਜਜ਼ਬਾ ਹੈ ਸਾਨੂੰ ਇਸ ਗੱਲ ਦਾ ਮਾਣ ਬੜਾ ਹੈ ਉਹ ਸਾਡਾ ਸਿੰਘ ਹੈ ਉਹ ਪੰਥ ਦਾ ਹੈ ਉਹ ਸਿੱਖ ਹੈ ਸਾਨੂੰ ਇਸ ਗੱਲ ਦਾ ਮਾਣ ਹੈ ਬੜਾ ਵੀ ਸਾਡਾ ਸਿਰ ਦਾ ਤਾਜ ਹੈ ਉਹ ਸੂਰਮਾ ਸਾਡੇ ਸਿਰ ਦਾ ਤਾਜ ਹੈ ਪਰ ਇਸ ਗੱਲ ਕਰਕੇ ਇਹੋ ਜਿਹੇ ਸਿੰਘ ਸਾਡੇ ਵਿੱਚ ਰਹਿਣ ਉਹਦੇ ਵਾਸਤੇ ਸਾਰੀ ਕੌਮ ਅਰਦਾਸ ਕਰੇ ਉਹਦੇ ਵਾਸਤੇ ਜਿੰਨਾ ਕੋਈ ਬੰਦਾ ਕਰ ਸਕਦਾ ਹੈ ਆਪਣੇ ਆਪਣੇ ਤਰੀਕੇ ਨਾਲ ਜ਼ਰੂਰ ਕਰੇ ਕੇਂਦਰ ਸਰਕਾਰ ਵੇਖੋ ਪਿਆਰਿਓ ਅੱਗੇ ਬੜੀ ਵਾਰੀ ਧੱਕੇ ਹੋਏ ਨੇ ਕਸਾਬ ਅਜੇ ਵੀ ਜਿਉਂਦਾ ਹੈ ਅਫਜ਼ਲ ਗੁਰੂ ਅਜੇ ਵੀ ਜਿਉਂਦਾ ਹੈ ਟਾਈਟਲਰ ਅਜੇ ਵੀ ਜਿਉਂਦਾ ਹੈ ਸੱਜਣ ਕੁਮਾਰ ਜਿਨ੍ਹਾਂ ਨੇ ਗਲਾਂ ਵਿੱਚ ਟੈਰ ਪਾ ਪਾ ਕੇ ਸਾਡੇ ਨੇ ਸਿੱਖ 84 ਦੇ ਅਜੇ ਵੀ ਜਿਉਂਦੇ ਨੇ ਮੈਂ ਬੇਨਤੀ ਕਰਨਾ ਜੇ ਫਾਂਸੀ ਇਹਨਾਂ ਨੇ ਦੇਣੀ ਵੀ ਹੈ ਤੇ ਫਿਰ ਉਹ ਇਸ ਜੱਜ ਦੇ ਫੈਸਲੇ ਤੋਂ ਉਹ ਵੀ ਤੇ ਸਿੱਖ ਲੈਣ ਉਹ ਜਿਹੜੇ ਸੱਜਣ ਕੁਮਾਰ ਨੂੰ ਕਲੀਨ ਚਿੱਟ ਦੇ ਰਹੇ ਨੇ ਟਾਈਟਲਰ ਵਰਗਿਆਂ ਨੂੰ ਛੱਡ ਰਹੇ ਨੇ ਉਹ ਜੇ ਬਲਵੰਤ ਸਿੰਘ ਰਾਜੇ ਆਣਾ ਵਾਸਤੇ ਫਾਂਸੀ ਦੀ ਸਜ਼ਾ ਹੈ ਤੇ ਇਸ ਫੈਸਲੇ ਤੋਂ ਉਹ ਜੱਜ ਵੀ ਫੈਸਲਾ ਲੈ ਲੈਣ ਉਹ ਵੀ ਸਿੱਖ ਲੈਣ ਕੁਝ ਉਹਨਾਂ ਨੂੰ ਫਾਂਸੀ ਚਾੜਿਆ ਹੁੰਦਾ ਅਸੀਂ ਕਹਿੰਦੇ ਠੀਕ ਹੈ ਜੀ ਸਿਸਟਮ ਇਦਾਂ ਦਾ ਹੈ ਜਿਹੜਾ ਬੰਦਾ ਇਦਾਂ ਲੱਗਦਾ ਹੈ ਕਾਨੂੰਨ ਸਾਰਿਆਂ ਲਈ ਇੱਕ ਹੋਣਾ ਚਾਹੀਦਾ ਉਹ ਵੀ ਫਾਂਸੀ ਚੜੇ ਨੇ ਤੇ ਸਾਡਾ ਸਿੰਘ ਵੀ ਚਲਿਆ ਗਿਆ ਕੋਈ ਗੱਲ ਨਹੀਂ ਉਹ ਜਦੋਂ ਗਲਾਂ 'ਚ ਟੈਰ ਪਾ ਪਾ ਕੇ ਸਿੱਖਾਂ ਨੂੰ ਸਾੜਨ ਵਾਲੇ ਅੱਗੇ ਉਹ ਜਿਉਂਦੇ ਨੇ ਤੇ ਫਿਰ ਇਹਨਾਂ ਨੂੰ ਵੀ ਉਹੀ ਸਜ਼ਾ ਘੱਟ ਗਿਣਤੀ ਸਿੱਖਾਂ ਦੀ ਇਸੇ ਕਰਕੇ ਇਦਾਂ ਹੋ ਰਿਹਾ ਮੈਂ ਬੇਨਤੀ ਕਰਨੀ ਚਾਹੁੰਦਾ ਪਿਆਰਿਓ ਸਾਰੇ ਜਣੇ ਲਾਮਬੰਦ ਹੋਈਏ ਸਾਰੇ ਇਕੱਠੇ ਹੋਈਏ ਦੇਸ਼ਾਂ ਵਿਦੇਸ਼ਾਂ ਦੀਆਂ ਸਾਰੀਆਂ ਜਥੇਬੰਦੀਆਂ ਆਪਣੇ ਆਪਣੇ ਤਰੀਕੇ ਨਾਲ ਸੰਘਰਸ਼ ਕਰ ਰਹੀਆਂ ਨੇ ਅਸੀਂ ਪੰਜਾਬ ਦੀ ਧਰਤੀ ਤੇ ਬੈਠੇ ਹਾਂ ਉਹ ਬਾਹਰਲੇ ਦੇਸ਼ਾਂ 'ਚ ਬੈਠੇ ਨੇ ਅਸੀਂ ਪੰਜਾਬ 'ਚ ਬੈਠੇ ਹਾਂ ਜਿੰਨਾ ਸਾਡੇ ਤੋਂ ਹੋ ਸਕਦਾ ਹੈ ਆਪਣੇ ਆਪਣੇ ਤਰੀਕੇ ਨਾਲ ਕਰੀਏ ਅਕਾਲ ਤਖਤ ਸਾਹਿਬ ਨੇ ਸੁਝਾਅ ਮੰਗੇ ਨੇ ਸਾਰੇ ਉੱਥੇ ਆਪਣੇ ਆਪਣੇ ਸੁਝਾਅ ਭੇਜਣ ਕਿ ਅਕਾਲ ਤਖਤ ਸਾਹਿਬ ਵੱਲੋਂ ਕੋਈ ਕਰੜਾ ਫੈਸਲਾ ਲਿਆ ਜਾਵੇ ਅਸੀਂ ਅਕਾਲ ਤਖਤ ਦੀ ਛਤਰ ਛਾਇਆ ਹੇਠ ਜੋ ਫੈਸਲਾ ਲੈਣ ਅਸੀਂ ਉਹਦੇ ਤੇ ਫੁੱਲ ਚੜਾਈਏ ਤੇ ਜੋ ਬਣਦਾ ਹੈ ਕੱਲਾ ਬੰਦਾ ਕੋਈ ਕੁਝ ਨਹੀਂ ਕਰ ਸਕਦਾ ਇੱਕ ਬੰਦਾ ਦੋ ਬੰਦੇ ਚਾਰ ਬੰਦੇ ਕੁਝ ਨਹੀਂ ਕਰ ਸਕਦੇ ਅਕਾਲ ਤਖਤ ਦੇ ਜਥੇਦਾਰ ਸਹਿਮਾਨ ਕਰੜਾ ਫੈਸਲਾ ਲੈ ਲੈਣ ਸਾਰੀ ਕੌਮ ਸਾਰਾ ਕੁਝ ਭੁਲਾ ਕੇ ਗਿਲੇ ਸ਼ਿਕਵੇ ਇਸ ਮੁੱਦੇ ਲਈ ਇੱਕ ਹੋ ਜਾਣ ਤੇ ਸਾਡਾ ਉਹ ਭਰਾ ਸਾਡੇ ਵਿੱਚ ਰਵੇ ਸਦਾ ਰਵੇ ਤੇ ਉਹ ਵੀ ਜ਼ਿੰਦਗੀ ਵੇਖ ਸਕੇ ਪਿਆਰਿਓ ਭਾਵੇਂ ਗੁਰੂ ਦੇ ਪਿਆਰੇ ਹਮੇਸ਼ਾ ਇਹ ਕਹਿੰਦੇ ਨੇ ਕਿ ਸਾਨੂੰ ਜ਼ਿੰਦਗੀ ਨਾਲੋਂ ਮੌਤ ਪਿਆਰੀ ਲੱਗਦੀ ਹੈ ਸਿੱਖੀ ਗੁਰੂ ਦੇ ਸਿੱਖ ਕਹਿੰਦੇ ਨੇ ਧਰਮ ਸਿਧਾਂਤ ਹੈ ਜਿਹੜਾ ਬਦਲਿਆ ਜਾ ਸਕਦਾ ਹੈ ਪਰ ਸਿੱਖੀ ਸਾਡੀ ਜਾਨ ਹੈ ਅਸਲੀ ਜ਼ਿੰਦਗੀ ਉਹਨਾਂ ਨੇ ਮਾਣੀ ਹੈ ਗੁਰੂ ਦੇ ਚਰਨਾਂ 'ਚ ਜੁੜ ਕੇ ਪਰ ਉਹਦੇ ਵਾਸਤੇ ਸਾਰੇ ਰਲ ਮਿਲ ਕੇ ਅਰਦਾਸਾਂ ਜ਼ਰੂਰ ਕਰ